ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਕਰਨ ਔਜਲਾ ਇੱਕ ਅਜਿਹਾ ਪੰਜਾਬੀ ਸਿੰਗਰ ਜਿਸ ਦੇ ਲਿਖੇ ਅਤੇ ਗਾਏ ਹੋਏ ਗੀਤ ਉਸਦੇ ਫੈਨਸ ਨੂੰ ਬੇਹੱਦ ਪਸੰਦ ਆਉਂਦੇ ਨੇ। ਹਾਲ ਹੀ ਦੇ ਵਿੱਚ ਕਰਨ ਔਜਲਾ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹਿਸਾਬ, ਜੋ ਕਿ ਇਹ ਜੇ ਟ੍ਰੈਕਸ ਦੀ ਐਲਬਮ ਦ ਨਿਊ ਕਿਡ ਔਨ ਦ ਬਲੌਕ ਦੇ ਵਿੱਚੋਂ। ਤੇ ਹੁਣ ਇਸ ਗਾਣੇ ਨੂੰ ਲੈ ਕੇ ਕਰਨ ਔਜਲਾ ਨੇ ਆਪਣੇ ਫੈਨਸ ਤੋਂ ਪੁੱਛ ਲਿਆ ਇੱਕ ਸਵਾਲ। ਕਰਨ ਔਜਲਾ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ। ਇਸ ਵੀਡੀਓ 'ਚ ਕਰਨ ਔਜਲਾ ਨੇ ਜੇ ਟ੍ਰੈਕ ਦੀ ਐਲਬਮ ਨਿਊ ਕਿਡ ਔਨ ਦਾ ਬਲੌਕ 'ਚ ਰਿਲੀਜ਼ ਹੋਏ ਆਪਣੇ ਗਾਣੇ ਹਿਸਾਬ ਨੂੰ ਪਲੇ ਕਰਕੇ ਆਪਣੇ ਫੈਨਸ ਤੋਂ ਇੱਕ ਸਵਾਲ ਪੁੱਛਿਆ। ਇਸ ਵੀਡੀਓ ਨੂੰ ਪੋਸਟ ਕਰਦਿਆਂ ਕਰਨ ਔਜਲਾ ਨੇ ਲਿਖਿਆ, ਵੀਡੀਓ ਆਵੇ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਕਿ ਕਰਨ ਔਜਲਾ ਆਪਣੇ ਫੈਨਸ ਤੋਂ ਸਲਾਹ ਲੈ ਰਹੇ ਨੇ ਕਿ ਸੌਂਗ ਹਿਸਾਬ ਦੀ ਵੀਡੀਓ ਕਰਨ ਔਜਲਾ ਨੂੰ ਕਰਨੀ ਚਾਹੀਦੀ ਹੈ ਜਾਂ ਨਹੀਂ। ਸੋ ਇਸ ਬਾਰੇ 'ਚ ਤੁਹਾਡੀ ਕੀ ਰਾਏ ਕਿ ਕਰਨ ਔਜਲਾ ਦੇ ਗਾਣੇ ਹਿਸਾਬ ਦਾ ਵੀਡੀਓ ਆਉਣਾ ਚਾਹੀਦਾ ਕਿ ਨਹੀਂ, ਇਸ ਬਾਰੇ 'ਚ ਕਮੈਂਟ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।